ਯੁਵਕ ਅਕਾਲੀ ਆਗੂ ਅਮਰਜੀਤ ਸਿੰਘ ਘੁੰਮਣ ਦੇ ਸਦਮਾ ਮਾਤਾ ਦਾ ਰਿਹਾ। ਮਨਜਿੰਦਰ ਸਿੰਘ ਸੋਚੀ ਆਈਸੀਐਸਈ ਬੋਰਡ ਨੇ ਦਸਵੀਂ ਕਲਾਸ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਲੁਧਿਆਣਾ 7 ਮਈ ਪਰਮਿੰਦਰ ਸਿੰਘ ਆਗੂਆਂ ਪੰਜਾਬੀਆਂ ਵੱਖ ਵੱਖ ਥਾਵਾਂ ਤੇ 6 ਹਿੰਦੂ ਆਗੂਆਂ ਦੀ ਹੱਤਿਆ ਕਰਨ ਮਾਮਲੇ ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨ ਨੂੰ ਹੁਣ ਤਿਹਾੜ ਜੇਲ੍ਹ ਚ ਤਬਦੀਲ ਕੀਤਾ ਜਾਵੇਗਾ। ਉਮੀਦਵਾਰਾਂ ਵੱਲੋਂ ਆਪਣੀ ਪੰਡੋ ਤੇ ਹਲਕਿਆਂ ਅੰਦਰ ਪ੍ਰਚਾਰ ਕੀਤਾ ਜਾ ਰਿਹਾ ਸੀ। ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਪਾਸੀ ਕਰਨ ਤੋਂ ਬਾਅਦ ਆਈਐਸ ਤੋਂ 6.0 ਰੈਂਕ ਪ੍ਰਾਪਤ ਕੀਤੇ ਹੈ। ਧੰਨਵਾਦ।